मैं थोड़ा हरजाब तो हरेक मंडे 7 बजे तुसी तो मैं आपस में गल्ला करांगे साड़ी कम्यूनिटी दियां साड़े बच्चों दियां साड़े बाहर रहिंदे NRI-आं दियां साड़े देश दियां तो जो अजकल दे इशू हैगे सानू अफेक्ट करदे उन्हां दियां सो लेट्स टॉक विद हरजाब ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਪਤਾ ਹੈ ਕਿ ਮੰਡੇ ਆ ਅਤੇ ਕੋਈ ਨਾ ਕੋਈ ਸਾਡੇ ਲਈ ਕਲਚਰਲ ਪ੍ਰੋਗਰਾਮ ਲੈ ਕੇ ਆਈਦਾ ਜਾਂ ਕਿਸੇ ਹਸਤੀ ਨਾਲ ਅਸੀਂ ਇੰਟਰਵਿਊ ਕਰੀਦੀ ਆ ਤਾਂ ਤੁਹਾਡੇ ਨਾਲ ਅੱਜ ਅਸੀਂ ਇੱਕ ਇੱਕ ਨਹੀਂ ਦੋ ਦੋ ਲੈ ਕੇ ਆਏ ਹਾਂ ਦੋਸਤ ਵੀ ਆ ਅਤੇ ਅੱਗੇ ਵੀ ਤੁਸੀਂ ਦੇਖਿਆ ਇਹਨਾਂ ਨੂੰ ਟੀ ਵੀ 'ਤੇ ਅਤੇ ਗਾਇਕ ਵੀ ਆ ਦੋਨੋਂ ਅਤੇ ਅੱਜ ਕੱਲ੍ਹ ਦੇ ਦਿਨਾਂ 'ਚ ਛਾਇਓ ਪਏ ਆ ਇਕੱਲੀ ਗਾਇਕੀ ਨਹੀਂ ਯੂਐਟ ਵਿੱਚ ਵੀ ਟ੍ਰਿਪਲਟ ਵਿੱਚ ਵੀ ਕਹਿ ਸਕਦੇ ਹਾਂ ਜੋ ਕਿ ਬਹੁਤ ਘੱਟ ਹੁੰਦਾ ਆ ਬਟ ਕਲੈਬਰੇਸ਼ਨਾਂ ਦੇ ਵਿੱਚ ਮੈਂ ਪਿਛਲੇ ਹਫ਼ਤੇ ਸੀਗਾ ਨਹੀਂ ਤੁਹਾਨੂੰ ਪਤਾ ਮੈਂ ਇੰਡੀਆ ਗਿਆ ਸੀਗਾ ਤਾਂ ਉਹਦੇ ਲਈ ਮੈਂ ਮਾਫ਼ੀ ਚਾਹੁੰਦਾ ਮਾਫ਼ੀ ਕਾਹਨੂੰ ਮੰਗਣੀ ਮੈਂ ਕਿਹਾ ਜੁਰਮ ਕੀਤਾ ਇੰਡੀਆ ਜਾ ਕੇ ਆਇਆ ਤੁਸੀਂ ਉੱਥੋਂ ਭੱਜ ਕੇ ਆਇਆ ਮੈਂ ਉੱਥੇ ਭੱਜਿਆ ਜਾਂਦਾ ਬਟ ਅੱਜ ਦੀ ਗੱਲਬਾਤ ਕਰੀਏ ਕਿ ਦੋਨੋਂ ਜੋ ਕਿ ਆਰਟਿਸਟ ਮੇਰੇ ਕੋਲ ਆਏ ਆ ਦੋਨੋਂ ਇੱਕੋ ਹੀ ਕੈਂਪ ਦੇ ਥੱਲੇ ਕੰਮ ਕਰਦੇ ਆ ਇੱਕੋ ਹੀ ਪ੍ਰੋਡਿਊਸਰ ਨਾਲ ਜੁੜੇ ਹੋ ਆ ਅਤੇ ਉਹ ਪ੍ਰੋਡਿਊਸਰ ਹੈਗੇ ਅਮਨ ਹੇਅਰ ਅਤੇ ਮੇਰੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਵਾਗਤ ਕਰਦੇ ਹਾਂ ਦੇਵ ਢਿੱਲੋਂ ਜੀ ਦਾ ਅਤੇ ਬੈਨੀ ਧਾਲੀਵਾਲ ਨੂੰ ਹੂਜ਼ ਯੋਰ ਫਸਟ ਨੇਮ ਇਜ਼ ਦਵਿੰਦਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਮੀਡੀਆ ਦੇਖਣ ਵਾਲੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਤੁਹਾਨੂੰ ਵੀ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਤੁਹਾਡਾ ਗਾਣਾ ਹੁਣ ਨਿਕਲਿਆ ਅੱਜ ਨੱਚਣਾ ਜੋ ਅਸੀਂ ਅਕਸਰ ਟੀ ਵੀ ਚੈਨਲਾਂ 'ਤੇ ਦੇਖੀਦਾ ਇਹ ਤੁਸੀਂ ਤਿੰਨਾਂ ਨੇ ਮੇਰੇ ਖਿਆਲ ਚਾਰਾਂ ਨੇ ਕੋਲੈਬਰੇਟ ਕੀਤਾ ਇਹਦੇ 'ਤੇ ਇਹ ਗੱਲ ਕਿੱਦਾਂ ਬਣੀ ਕਿਉਂਕਿ ਅੱਜ ਕੱਲ੍ਹ ਆਰਟਿਸਟ ਚਾਹੁੰਦਾ ਕਿ ਮੈਂ ਇਕੱਲਾ ਹੀ ਵੀਡੀਓ 'ਚ ਹੋਵਾਂ ਤੋਂ ਜ਼ਿਆਦਾ ਜੇ ਚਾਰ ਕੋਈ ਹੋਰ ਹੋਵਾਂ ਤਾਂ ਉਹ ਮੋਤਰਮਾ ਹੋਣ ਫੀਮੇਲ ਹੋਣ ਨਾਲ ਬੰਦਿਆਂ ਨੂੰ ਤਾਂ ਕੋਈ ਚੱਲਦਾ ਨਹੀਂ ਅਤੇ ਇਹ ਕਿੱਦਾਂ ਦੀ ਹੋਇਆ ਇਹ ਹੋਇਆ ਆਪਣੇ ਸੱਤੀ ਖੋਖੇ ਵਾਲਾ ਗਾਣਾ ਲਿਖਿਆ ਹਾਂ ਅਤੇ ਹੁਣ ਐਕਚੁਲੀ ਗਾਣਾ ਤਾਂ ਸੀ ਅਮਨ ਨੂੰ ਵੀ ਆਹ ਗਾਣਾ ਆ ਰਿਹਾ ਵਧੀਆ ਹਾਂ ਚਾਰਾਂ ਜਾਣੇ ਗਾਉਂਦਾ ਹੈਗਾ ਹਾਂ ਅਤੇ ਉਹ ਸੀ ਅਮਨ ਬਾਈ ਨੂੰ ਫੋਨ ਕਿਵੇਂ ਕਿਵੇਂ ਵੀ ਕਰੀਏ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਛੋਟੇ ਵੀਰਾਂ ਦੇ ਸਿਰ ਤੇ ਹੱਥ ਰੱਖਿਆ ਔਰ ਬਹੁਤ ਵੱਡਾ ਚਾਂਸ ਦਿੱਤਾ ਸੋ ਭਾਂਡੇ ਜਦੋਂ ਹੋ ਜਾਂਦੇ ਜ਼ਿਆਦਾ ਇਕੱਠੇ ਤਾਂ ਖੜਕਦੇ ਤਾਂ ਹੁੰਦੇ ਆ ਉਹ ਬਹੁਤ ਸਿੱਖੇ ਹੋਏ ਪ੍ਰੋਡਿਊਸਰ ਨੇ ਠੀਕ ਹੈ ਉਹ ਸਾਡੇ ਵਰਗੇ ਮਾੜੇ ਕਲਾਕਾਰ ਤੋਂ ਵਧੀਆ ਗਵਾ ਲੈਂਦੇ ਨੇ ਗਾਉਣਾ ਵੀ ਵਧੀਆ ਆਉਂਦਾ ਪਰ ਉਹ ਕੰਮ ਸਾਡੇ ਤੋਂ ਵਧੀਆ ਕਰਾ ਲੈਂਦੇ ਹੈ ਨਾ ਸੋ ਇਸ ਕਰਕੇ ਵਧੀਆ ਹੋਇਆ ਜਾਣੀ ਚੰਗਾ ਕੰਮ ਹੋ ਗਿਆ ਸੋਹਣਾ ਲੱਗਿਆ ਦੇਖਣ ਨੂੰ ਤੁਸੀਂ ਦੋਨੋਂ ਅਮਨ ਹੇਅਰ ਨਾਲ ਜੁੜੇ ਹੋ ਜੋ ਕਿ ਕਿਉਂਕਿ ਪ੍ਰੋਡਿਊਸਰ ਤਾਂ ਬਹੁਤ ਆ ਦੁਨੀਆ 'ਚ ਤੁਹਾਨੂੰ ਪਤਾ ਕਿ ਤੁਸੀਂ ਅੱਗੇ ਕਹਿੰਦੇ ਸੀ ਇੱਟ ਚੱਕੋ ਪ੍ਰੋਡਿਊਸਰ ਤਾਂ ਗਾਇਕ ਨਿਕਲਦਾ ਹੁਣ ਤਾਂ ਇੱਟਾਂ ਦੇ ਉੱਤੇ ਹੀ ਬੈਠੇ ਆ ਅਤੇ ਮਤਲਬ ਇਹ ਚੀਜ਼ ਅਮਨ 'ਚ ਤੁਸੀਂ ਕੀ ਕੁਆਲਿਟੀਆਂ ਦੇਖੀਆਂ ਕਿ ਤੁਸੀਂ ਜੁੜੇ ਰਹੇ ਫੋਰ ਲੌਂਗ ਟਾਈਮ ਐਸ ਵੈਲ ਤੁਹਾਨੂੰ ਕਾਫੀ ਚਿਰ ਹੋ ਗਿਆ ਹੁਣ ਅਮਨ ਨਾਲ ਜੁੜਿਆ ਨੂੰ ਬੈਨੀ ਹੁਣ ਇਜ਼ ਬੀਨ ਵਿਦ ਅਮਨ ਫਰਮ ਦ ਸਟਾਰਟ ਐਸ ਵੈਲ ਜੀ ਜੀ ਜਿੱਦ ਮੈਂ 2004 ਸੇ ਬਾਈ ਜੀ ਪਹਿਲੀ ਵਾਰ ਮਿਲਿਆ ਸੀ ਹਾਂ ਅਕਤੂਬਰ 2004 ਸੇ ਔਰ ਜਦ ਮੈਂ ਇੰਡੀਆ ਤੋਂ ਨਵਾਂ ਨਵਾਂ ਇੱਥੇ ਆਇਆ ਸੀ ਮੇਰੇ ਮਨ 'ਚ ਵੀ ਇੱਛਾ ਸੀ ਕਿ ਮੈਂ ਇੱਦਾਂ ਦੇ ਪ੍ਰੋਡਿਊਸਰ ਨਾਲ ਕੰਮ ਕਰਾਂ ਜਿਹਦੇ ਤੋਂ ਮੈਨੂੰ ਵੀ ਕੁਛ ਲਰਨ ਕਰਨ ਮਿਲੇ ਹੈ ਨਾ ਸੋ ਫਿਰ ਪਹਿਲੀ ਵਾਰੀ ਬਾਈ ਮੇਰਾ ਬਹੁਤ ਹੀ ਵੀਰ ਬਾਈ ਹਾਰ ਕੇ ਉਹਨਾਂ ਦੇ ਕਰਕੇ ਮੈਂ ਬਾਈ ਅਮਨਹੀਰ ਸਾਹਿਬ ਨੂੰ ਮਿਲਿਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਅਤੇ ਕਹਿੰਦੇ ਵੀ ਵਧੀਆ ਤੇਰੀ ਆਵਾਜ਼ ਬਹੁਤ ਅੱਛੀ ਉਹਨਾਂ ਨੇ ਮੈਨੂੰ ਪਹਿਲਾਂ ਭੰਗੜਾ ਗਰੁੱਪ ਗੱਭਰੂ ਪੰਜਾਬ ਦੇ ਨਾਲ ਗਾਉਂਦੇ ਮੈਨੂੰ ਸੁਣਿਆ ਸੀ ਓਕੇ ਸੋ ਬਾਈ ਨੂੰ ਚੰਗਾ ਲੱਗਿਆ ਫਿਰ ਅਸੀਂ 2005 ਦੇ ਵਿੱਚ ਅਗਸਤ 'ਚ ਮੇਰਾ ਪਹਿਲਾ ਆਇਆ ਸੀ ਬਾਈ ਨਾਲ ਸੌਂਗ ਮੁੰਡਿਆਂ ਨੇ ਤਾਂ ਨੱਚਣਾ ਨੱਚਣ ਸੋਹਣੀਆਂ ਨਾਲ ਕਾਫੀ ਗੀਤ ਫੇਮਸ ਹੋਏ ਸੀ ਫਿਰ ਉਦੋਂ ਤੋਂ ਲੈ ਕੇ ਹੁਣ ਤੱਕ ਆਈ ਵਰਕਿੰਗ ਵਿਦ ਅਮਨ ਭਾਅ ਜੀ ਹੈ ਨਾ ਸੋ ਮੈਨੂੰ ਬਹੁਤ ਖੁਸ਼ੀ ਹੈ ਔਰ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ ਜਿੱਦਾਂ ਆਪਾਂ ਸਟੂਡੀਓ 'ਚ ਭੰਗੜਾ ਸਾਹਿਬ ਜਾਂਦੇ ਹਾਂ ਰਿਕਾਰਡਿੰਗ ਕਰਦੇ ਹਾਂ ਕੰਪੋਜੀਸ਼ਨ ਕਰਦੇ ਹਾਂ ਗੀਤ ਦੀ ਸੋ ਜਦੋਂ ਫਿਰ ਬਾਈ ਜੀ ਆ ਉਹਨਾਂ ਨੂੰ ਪਤਾ ਕਈ ਵਾਰੀ ਸੁਰ ਕੋਈ ਕਿੱਦਾਂ ਕਿੱਦਾਂ ਲਵਾਉਣਾ ਕਿਸ ਤਰੀਕੇ ਨਾਲ ਸੋ ਫਿਰ ਆਪਾਂ ਨੂੰ ਬਹੁਤ ਲਰਨ ਕਰਨ ਨੂੰ ਜਿਹੜੀ ਐਕਸਪੀਰੀਅੰਸ ਮਿਲਦਾ ਨਾਲੇ ਸਿੱਖਣ ਨੂੰ ਮੌਕਾ ਮਿਲਦਾ ਹੈ ਨਾ ਸੋ ਮੈਂ ਬਹੁਤ ਖੁਸ਼ ਹੁੰਦਾ ਬਾਈ ਨੇ ਕੰਮ ਕਰਕੇ ਔਰ ਬੈਨੀ ਮੈਨੂੰ ਗੱਲ ਦੱਸ ਲਾਸਟ ਟਾਈਮ ਤੁਹਾਨੂੰ ਟੀ ਵੀ 'ਤੇ ਦੇਖਿਆ ਸੀ ਕਬੱਡੀ ਬਾਰੇ ਗੱਲ ਕਰਦੇ ਸੀ ਕਿਉਂਕਿ ਸਾਰਿਆਂ ਨੂੰ ਪਤਾ ਯੂ ਆਰ ਇੰਟਰਨੈਸ਼ਨਲ ਕਬੱਡੀ ਸਟਾਰ ਐਂਡ ਐਵਰੀਵਨ ਨੋਜ਼ ਕਿ ਤੂੰ ਤੁਹਾਡੀ ਕਿੱਦਾਂ ਤੁਸੀਂ ਗੇਮ ਨਾਲ ਪਿਆਰ ਕਰਦੇ ਆ ਸੋ ਉਹ ਤੋਂ ਹੁਣ ਜੰਪ ਮਾਰਨਾ ਕਿ ਯਾਰ ਹੁਣ
ਉਧਰੋਂ ਛੱਡੀਏ ਤੇ ਇਧਰ ਆਈਏ ਵਾਟ ਮੇਡ ਯੂ ਡਿਸਾਈਡ ਟੂ ਗੋ ਇਨਟੂ ਸਿੰਗਿੰਗ ਇਨ ਫੈਕਟ ਯੂ ਨੋ ਵਾਟ ਇਜ਼ ਆਈਵ ਬੀਨ ਸਿੰਗਿੰਗ ਫॉर ਅ ਲੌਂਗ ਟਾਈਮ ਜਿਵੇਂ ਪਹਿਲਾਂ ਪਿੰਡ ਜਾਂਦਾ ਸੀ ਕਿਤੇ ਖੇਡਣ ਤੇ ਉੱਥੇ ਵੀ ਬਾਹ ਪੈਂਦਾ ਰਹਿੰਦਾ ਕਹਿੰਦਾ ਨਖਾ ਪੌਕਸ ਹਾਂ ਹਾਂ ਉੱਥੇ ਸਿੰਗਰ ਪੈਦਾ ਹੋਇਆ ਬਾਕੀ ਉਹ ਸੀ ਆਪਣਾ ਜਿਹੜਾ ਉਸਤਾਦ ਹੋਇਆ ਹਰਜੀਤ ਬਰਾੜ ਵਾਜਾ ਖਾਂ ਉਹਨਾਂ ਨਾਲ ਮੈਚਾਂ ਦੇ ਜਾਣਾ ਐਂਡ ਤੇ ਟੂਰਨਾਮੈਂਟ ਦੇ ਖਾੜੇ ਲੱਗਣੇ ਤੇ ਕੋਈ ਨਾ ਕੋਈ ਕਲਾਕਾਰ ਮਿਲਦੇ ਰਹਿਣਾ ਜਿਵੇਂ ਬਠਿੰਡੇ ਵਾਲ ਖਾਸ ਕਰਕੇ ਤੇ ਉੱਥੋਂ ਜਿਵੇਂ ਕੀੜਾ ਜਿਹਾ ਪਿਆ ਸੀ ਅਸੀਂ ਉਧਰ ਲਾਗੇ ਲਾਗੇ ਪਿੰਡਾਂ ਦੇ ਅੱਛਾ ਇੱਕ ਸੇਮ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਹਾਂ ਨਾ ਅੱਛਾ ਕਿਹੜਾ ਡਿਸਟ੍ਰਿਕਟ ਤੁਹਾਡਾ ਆਪਣਾ ਬਠਿੰਡਾ ਡਿਸਟ੍ਰਿਕਟ ਇਹ ਹੁਣ ਮੋਗੇ ਚੋਂ ਲਾਗੇ ਨਵਾਂ ਜ਼ਿਲ੍ਹਾ ਵਾਂਗੇ ਮੋਗਾ ਅੱਛਾ ਆਪਣਾ ਪਿੰਡ ਬਿਲਕੁਲ 10 ਮਿੰਟ ਦੀ ਦੂਰੀ ਤੇ ਨਾਲ ਲਾਗੇ ਲਾਗੇ ਪਿੰਡਾਂ ਠੀਕ ਹੈ ਹਾਂਜੀ ਮਾਲਵਾ ਲੱਗੇ ਸੀ ਸੋ ਨਾਓ ਹੁਣ ਐਵਰੀਵਨ ਮਸਟ ਹੈਵ ਬੀਨ ਆਸਕਿੰਗ ਜਦੋਂ ਤੁਸੀਂ ਹੁਣ ਗਾਉਣਾ ਸ਼ੁਰੂ ਕੀਤਾ ਮੈਂ ਕਿਹਾ ਭੈਣੀ ਯਾਰ ਤੂੰ ਤਾਂ ਕਬੱਡੀ ਖੇਡਦਾ ਸੀ ਹੁਣ ਤੂੰ ਗਾਉਣ ਲੱਗ ਪਿਆ ਉਹ ਕਬੱਡੀ ਹੋਣੀ ਤੇ ਮਸਟ ਵੀ ਗਏ ਉਹ ਕਬੱਡੀ ਲੱਗ ਮਸਕਿੰਗ ਯਾਰ ਆ ਕੇ ਘਰ ਕੰਮ ਫੜਿਆ ਤਾਂ ਫਲ ਹੈ ਜਿਵੇਂ ਬਹੁਤ ਤਕੜੇ ਪਲੇਅਰ ਲੱਖੇ ਹੋਣੀ ਗਾਜੀਆਂ ਉਹ ਦਮ ਗਾਇਸ ਸਾਰਿਆਂ ਦੇ ਫੋਨ ਆਏ ਰਾਈਟ ਐਂਡ ਓਬਵੀਅਸਲੀ ਹੌਸਲਾ ਮਿਲਦਾ ਯਾ ਕੋ ਪਹਿਲਾਂ ਪਹਿਲਾਂ ਸੋਚਾ ਮੈਂ ਵੀ ਕਿਹੜੇ ਕੰਮਾਂ 'ਚ ਪੈ ਗਿਆ ਪਰ ਓਬਵੀਅਸਲੀ ਇੰਨਾ ਵੀ ਸਪੋਰਟ ਸੀਗੀ ਅਮਨ ਨਾਲ ਦੀ ਜਾਂ ਕਿਨ ਗਿਆ ਹੌਸਲਾ ਹੋ ਜਾਂਦਾ ਉਹਦਾ ਵੀ ਤਿੰਨੋ ਸਾਹਿਬ ਤੁਸੀਂ ਦੱਸੋ ਕਿ ਜਦੋਂ ਇੱਕ ਬੰਦਾ ਇੰਡੀਆ ਤੋਂ ਆਉਂਦਾ ਇੱਥੇ ਅਤੇ ਫਿਰ ਇਹ ਲਾਈਨ ਸੋਚਦਾ 'ਚ ਯਾਰ ਮੈਂ ਕੰਮ ਲਾ ਕਿਉਂਕਿ ਮੈਂ ਖਿਆਲ ਪਾਰਟ ਟਾਈਮ ਜੋਬ ਤਾਂ ਹੋਣੀ ਆ ਸਾਰੇ ਫੁੱਲ ਟਾਈਮ ਤਾਂ ਕੰਮ ਕਰਦੇ ਡਿਫਰੈਂਟ ਯੂ ਨੋ ਗੋਇੰਗ ਟੂ ਬਿਕਮ ਅ ਮਿਲੀਅਨੇਅਰ ਬਟ ਡੂਇੰਗ ਦਿਸ ਬਟ ਇਹਦੇ ਵਿੱਚ ਇਹ ਹੋਣੀ ਆ ਅਤੇ ਤੁਹਾਨੂੰ ਕਿਸ ਤਰ੍ਹਾਂ ਫੀਲ ਹੋਇਆ ਕਿ ਯਾਰ ਮੇਰੇ ਘਰ ਵਾਲੇ ਕੋਈ ਸੋਚੂਗੇ ਇਹਦੇ ਬਾਰੇ ਕਿ ਹੁਣ ਇੰਗਲੈਂਡ ਜਾ ਕੇ ਆਹ ਕੰਮ ਸ਼ੁਰੂ ਕਰਤਾ ਜਾਂ ਫਿਰ ਤੁਸੀਂ ਸੋਚਿਆ ਯਾਰ ਮਸੀਂ ਹੁਣ ਸਾਡੇ ਛੁੱਟੇ ਘਰ ਵਾਲੇ ਤਾਂ ਹੁਣ ਆਪਣੇ ਚੀਜ਼ਾਂ ਪੂਰੀਆਂ ਕਰ ਲਓ ਔਰ ਮੈਨੂੰ ਯਾਦ ਹੈ ਮੇਰੇ ਦਾਦਾ ਜੀ ਮੈਨੂੰ ਮੋਢਿਆਂ 'ਤੇ ਚੁੱਕੇ ਲੈ ਜਾਣ ਉਹਦੇ ਪਿੰਡ 'ਚ ਸੱਤ ਬਣੇ ਹੁੰਦੇ ਆਪਣੇ ਸੱਤ ਤੱਕ ਹੀ ਅੱਜ ਤੱਕ ਕਹਿੰਦੇ ਜਿੱਥੇ ਪੁਰਾਣੇ ਬਜ਼ੁਰਗ ਪਿੰਡ ਦੇ ਇਕੱਠੇ ਹੋ ਕੇ ਬਹਿੰਦੇ ਆ ਗੱਲਾਂ ਬਾਤਾਂ ਕਰਦੇ ਆ ਉਹ ਮੇਰੇ ਦਾਦਾ ਜੀ ਮੈਨੂੰ ਉੱਥੇ ਬੈਂਚ 'ਤੇ ਜਾ ਖੜਾ ਕਰਦੇ ਹੁੰਦੇ ਫਿਰ ਮੈਂ ਉਦੋਂ ਗੀਤ ਗਾਉਣਾ ਹੁੰਦਾ ਨਾ ਉਦੋਂ ਤੋਂ ਲੈ ਕੇ ਉਦੋਂ ਸ਼ੌਕ ਸੀ ਔਰ ਫਿਰ ਉਸ ਤੋਂ ਬਾਅਦ ਜ਼ਿੰਦਗੀ 'ਚ ਮੇਰੇ ਇੱਦਾਂ ਦਿਨ ਆਇਆ ਕਿ ਪਹਿਲਾਂ ਮੈਨੂੰ ਇੱਦਾਂ ਨਹੀਂ ਸੀ ਮੈਂ ਗਾਇਕੀ ਬਣਨਾ ਜਾਂ ਸੰਗੀਤ ਸਿੱਖਣਾ ਕਿਉਂਕਿ ਆਪਾਂ ਮੇਰੇ ਡੈਡੀ ਦਾ ਆਪਾਂ ਤਾਂ ਫਾਰਮਰ ਹੈ ਨਾ ਹਾਂਜੀ ਹਾਂਜੀ ਐਂਡ ਮੈਂ 9th ਕਲਾਸ ਭੰਗਲਾ ਸਾਹਿਬ ਪੜ੍ਹਦਾ ਸੀ ਐਂਡ ਮੈਂ ਪੜ੍ਹਾਈ 'ਚ ਮੈਨੂੰ ਬਹੁਤ ਇੰਟਰਸਟ ਸੀ ਬਹੁਤ ਵਧੀਆ ਪੜ੍ਹਦਾ ਹੁੰਦਾ ਸੀ ਨਾ ਕਿਉਂਕਿ ਮੇਰੇ ਮੰਮੀ ਡੈਡੀ ਮੈਨੂੰ ਚਾਹੁੰਦੇ ਸੀ ਮੈਂ ਵਧੀਆ ਪੜ੍ਹਾਂ ਐਂਡ ਉਹ ਸਾਡੇ ਮੈਡਮ ਜੀ ਕਹਿੰਦੇ ਵੀ ਤੂੰ ਦੇਵ ਵਧੀਆ ਪੜ੍ਹਦਾ ਤੂੰ ਆਪਣੇ ਫੇਅਰਵੈਲ ਪਾਰਟੀ ਆ ਉੱਥੇ ਤੂੰ ਕੁਛ ਕਰ ਕਿਸੇ ਐਕਟੀਵਿਟੀ 'ਚ ਪਾਰਟੀਸਪੇਟ ਕਰ ਨਾ ਉਹ ਨਾਲ ਦੇ ਮੁੰਡੇ ਕਹਿੰਦੇ ਮੈਡਮ ਜੀ ਤਾਂ ਰੋਜ਼ ਸਾਨੂੰ ਗੀਤ ਸੁਣਾਉਂਦਾ ਵਧੀਆ ਗਾਉਂਦਾ ਅਤੇ ਉਸ ਦਿਨ ਫਿਰ ਮੈਂ ਪਹਿਲੀ ਵਾਰੀ ਭੰਗਲਾ ਸਾਹਿਬ ਜਿੱਦਾਂ ਮੈਂ ਸਟੇਜ 'ਤੇ ਗਾਇਆ ਕਰਾਊਡ ਮੂਹਰੇ ਗਾਇਆ ਐਂਡ ਇੰਨਾ ਪਿਆਰ ਮਿਲਿਆ ਮੈਂ ਇੱਕ ਵਾਰੀ ਗੀਤ ਸੁਣਿਆ ਔਰ ਫਿਰ ਸਾਰੇ ਸਟੂਡੈਂਟ ਅਤੇ ਸਾਰੇ ਟੀਚਰ ਸਾਹਿਬਾਨ ਕਹਿੰਦੇ ਵੀ ਇਹ ਮੁੰਡੇ ਇੱਕ ਵਾਰੀ ਫਿਰ ਗੀਤ ਸੁਣਨਾ ਦੋ ਵਾਰੀ ਲਗਾਤਾਰ ਮੈਂ ਇੱਥੇ ਗੀਤ ਗਾਇਆ ਔਰ ਉਸ ਦਿਨ ਮੈਨੂੰ ਇੰਨੀ ਖੁਸ਼ੀ ਹੋਈ ਜਦੋਂ ਮੈਂ ਗਾ ਕੇ ਸਟੇਜ 'ਤੇ ਆਇਆ ਅਤੇ ਸਾਰੇ ਲੋਕਾਂ ਨੇ ਮੋਢਿਆਂ 'ਚ ਚੱਕ ਲਿਆ ਜਾਣਾ ਦੋਸਤਾਂ ਨੇ ਸਾਡੇ ਘਰ ਵੀ ਬਹੁਤ ਲੋਕਾਂ ਨੇ ਮੈਸੇਜ ਭੇਜੇ ਵੀ ਤੁਹਾਡਾ ਮੁੰਡਾ ਬਹੁਤ ਅੱਛਾ ਸਿੰਗਰ ਹੈ ਫਿਰ ਉਸ ਦਿਨ ਤੋਂ ਮੈਂ ਆਪਣੇ ਮਨ 'ਚ ਡਿਟਰਮੀਨੇਸ਼ਨ ਮਾਰਿਆ ਵੀ ਮੈਂ ਮਿਊਜ਼ਿਕ ਸਿੱਖ ਕੇ ਫਿਰ ਗਾਉਣ ਲੱਗਣਾ ਉੱਦਾਂ ਨਹੀਂ ਨਾ ਫਿਰ ਉਸ ਦਿਨ ਤੋਂ ਮੈਂ ਸਾਡੇ ਨਾਲ ਹੀ ਸ਼ਹਿਰ ਭਦੌੜ ਉੱਥੇ ਜਸਵੰਤ ਬੋਪਰ ਹੈ ਸਾਹਿਬ ਸਾਡੇ ਬਹੁਤ ਅੱਛੇ ਰਾਈਟਰ ਨੇ ਉਹਨਾਂ ਤੋਂ ਫਿਰ ਮੈਂ ਹਾਰਮੋਨੀਅਮ ਸਿੱਖਣਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਾਲਜ ਬਰਿੰਦਰਾ ਕਾਲਜ ਫਰੀਦਕੋਟ ਤੋਂ ਮੈਂ ਫਸਟ ਈਅਰ ਕੀਤੀ ਮਿਊਜ਼ਿਕ ਦੇ ਵਿੱਚ ਸਾਡੇ ਪ੍ਰੋਫੈਸਰ ਰਜੇਸ਼ ਮੋਹਨ ਸਾਹਿਬ ਜੀ ਉਹਨਾਂ ਤੋਂ ਸਿੱਖਿਆ ਐਂਡ ਫਿਰ ਰਜਿੰਦਰਾ ਕਾਲਜ ਬਠਿੰਡਾ ਤੋਂ ਮੈਂ ਮਿਊਜ਼ਿਕ ਦੀ BA ਦੀ ਡਿਗਰੀ ਕੰਪਲੀਟ ਕੀਤੀ ਉੱਥੇ ਪ੍ਰੋਫੈਸਰ ਜਸਵੀਰ ਸਿੰਘ ਸਿੱਧੂ ਸਾਹਿਬ ਤੋਂ ਮੈਂ ਮਿਊਜ਼ਿਕ 'ਚ ਕੀਤਾ ਹਾਂਜੀ ਹਾਂਜੀ BA ਕੀਤੀ ਜੋ ਵੀ ਪੜ੍ਹਾਈ ਕੀਤੀ ਮਿਊਜ਼ਿਕ 'ਚ ਕੀਤੀ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ MA ਕੀਤੀ ਮਿਊਜ਼ਿਕ ਦੀ ਬਕਾਇਦਾ ਰਾਈਟ ਕਿਉਂਕਿ ਇਸ ਲਾਈਨ ਵਿੱਚ ਬਹੁਤ ਘੱਟ ਮਿਊਜ਼ਿਕ ਕੋਈ ਦੇਖੋ ਹੁਣ ਜੇ ਕਿਸੇ ਨੇ ਵਕੀਲ ਬਣਨਾ ਹੁੰਦਾ ਤਾਂ ਵਕੀਲ 'ਚ ਪੜ੍ਹਨੀ ਪੈਂਦੀ ਹੈ ਜੇ ਕਿਸੇ ਨੇ ਡਾਕਟਰ ਬਣਨਾ ਹੁੰਦਾ ਤਾਂ ਡਾਕਟਰੀ ਕਰਨੀ ਪੈਂਦੀ ਅਕਾਊਂਟੈਂਟ ਬਣਨਾ ਅਕਾਊਂਟ ਬਣਨਾ ਪਰ ਮਿਊਜ਼ਿਕ ਇੱਕ ਇੱਦਾਂ ਦੀ ਫੀਲਡ ਹੈ ਜਿਹਦੇ ਵਿੱਚ ਸਾਨੂੰ ਪੜ੍ਹਾਈ ਦੀ ਲੋੜ ਨਹੀਂ ਹੈ ਕਈ ਲੋਕ ਸਮਝਦੇ ਕਿ ਸਾਨੂੰ ਪੜ੍ਹਾਈ ਦੀ ਲੋੜ ਨਹੀਂ ਕਿ ਚਲੋ ਸਿੱਧਾ ਅਸੀਂ ਲੱਗਦੇ ਹਾਂ ਜੀ ਐਨਕਾਂ ਉਨਕਾਂ ਪਾ ਕੇ ਜੈਕਟਾਂ ਪਾ ਕੇ ਅਤੇ ਫਿਰ ਲੱਗਦੇ ਕੋਈ ਨਾ ਕੋਈ ਛਿੰਦੇ ਉਹਨਾਂ ਨੂੰ ਫੜ ਕੇ ਜਾਂ ਕਿੱਦਾਂ ਉਹਨਾਂ ਨੂੰ ਕਹਿੰਦੇ ਕਿ ਮਿਊਜ਼ਿਕ ਬਟ ਤੁਹਾਡੀ ਉਹ ਮਿਊਜ਼ਿਕ ਦੀ ਡਿਗਰੀ ਨੇ ਤੁਹਾਨੂੰ ਕਿੰਨਾ ਹੈਲਪ ਕੀਤਾ ਇਹਦੇ 'ਚ ਬਹੁਤ ਭੰਗਲ ਸਾਹਿਬ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤਾ ਕਿਉਂਕਿ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਕਈ ਚੀਜ਼ਾਂ ਆਪਾਂ ਲੋਕਾਂ ਲਈ ਤਾਂ ਗਾਉਣੀਆਂ ਚਲੋ ਗੀਤ ਹਨਾ ਤੂੰ ਮੇਰੀ ਮੈਂ ਤੇਰਾ ਮੇਰੇ ਕੁੜੀਆਂ ਦੇ ਨੱਚਣ ਟੱਪਣ ਆਪਾਂ ਸਾਰੇ ਤੁਸੀਂ ਸੁਣਦੇ ਹੋ ਗਾਉਣੇ ਹਾਂਜੀ ਹਾਂਜੀ ਪਰ ਕਈ ਚੀਜ਼ਾਂ ਹੁੰਦੀਆਂ ਜਿਹੜਾ ਤੇਰੇ ਮਨ ਨੂੰ ਸਕੂਨ ਦਿੰਦੀ ਹੈ ਠੀਕ ਹੈ ਜਦੋਂ ਘਰ ਬੈਠ ਕੇ ਕੋਈ ਸਰਗਮ ਗਾਉਣਾ ਜਾਂ ਕੋਈ ਰਾਗ ਜਾਂ ਕੁਛ ਵੀ ਤੂੰ ਗਾਉਣਾ ਆਪਣੀ ਰੂਹ ਲਈ ਕੋਈ ਕੁਛ ਕਰਦਾ ਠੀਕ ਹੈ ਤੁਹਾਡਾ ਮਨ ਖੁਸ਼ ਹੁੰਦਾ
ਠੀਕ ਹੈ ਜਿਹੜਾ ਸਹੀ ਸੰਗੀਤ ਹੈ ਪੈਸੇ ਲਈ ਚਲੋ ਆਪਾਂ ਗਾਉਣੇ ਹੁਣ ਆਪਾਂ ਠੀਕ ਹੈ ਸਾਰੇ ਪਾਸੇ ਚੱਲਦੇ ਹਾਂ ਹੁਣ ਭੰਗੜੇ ਦੇ ਵੀ ਕਿਤੇ ਕਿੱਦਾਂ ਦੇ ਉਹ ਤਾਂ ਚੱਲਦੇ ਰਹਿੰਦੇ ਆ ਉਹ ਹੁੰਦੀ ਆਪਣੇ ਜਾਣੀ ਉਹ ਬਿਜ਼ਨਸ ਲਈ ਕਰਦੇ ਹਾਂ ਆਪਾਂ ਪਰ ਜਿਹੜਾ ਬੰਦਾ ਸਿੱਖਿਆ ਫਿਰ ਉਹ ਅੰਦਰੋਂ ਉਹਦੀ ਰੂਹ ਲਈ ਵੀ ਕੁਛ ਕਰਦਾ ਰੂਹ ਲਈ ਵੀ ਗਾਉਂਦਾ ਹਨਾ ਜਿਵੇਂ ਮੈਂ ਆਪਣੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਵੱਡਾ ਫੈਨ ਉਹਨਾਂ ਨੂੰ ਪਹਿਲਾਂ ਤੋਂ ਬਹੁਤ ਸੁਣਦਾ ਠੀਕ ਹੈ ਬਹੁਤ ਜ਼ਿਆਦਾ ਉਹਨਾਂ ਨੂੰ ਮੈਂ ਸੁਣਿਆ ਔਰ ਅੱਜ ਵੀ ਸੁਣਦਾ ਔਰ ਮੇਰੇ ਖਿਆਲ 'ਚ ਜਿੱਦਾਂ ਮੇਰੀ ਸੋਚ ਮੁਤਾਬਕ ਸਿੱਖਣਾ ਬਹੁਤ ਜ਼ਰੂਰੀ ਹੈ ਲੌਂਗ ਟਾਈਮ ਲਈ ਜੇ ਤੁਸੀਂ ਇਸ ਫੀਲਡ ਦੇ ਵਿੱਚ ਸਟੈਂਡ ਕਰਨਾ ਕੰਮ ਕਰਨਾ ਤਾਂ ਤੁਹਾਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਪਰ ਅੱਜ ਕੱਲ੍ਹ ਪੈਸਾ ਵੀ ਜ਼ਰੂਰੀ ਹੈ ਦੋਨੋਂ ਚੀਜ਼ਾਂ ਜ਼ਰੂਰੀ ਹੈ ਹਾਂਜੀ ਹਾਂਜੀ ਉਹ ਵੀ ਨਾਲ ਚਾਹੀਦਾ ਵੀਡੀਓ ਵੀ ਜ਼ਰੂਰੀ ਹੈ ਪੈਸਾ ਵੀ ਜ਼ਰੂਰੀ ਹੈ ਕਲੱਬਾਂ 'ਚ ਜਾਣਾ ਉੱਥੇ ਗਾਉਣਾ ਵੀ ਜ਼ਰੂਰੀ ਹੈ ਕਿਉਂਕਿ ਮੈਂ ਇੰਗਲੈਂਡ 'ਚ ਮੈਂ 2004 'ਚ ਆਇਆ ਸੀ ਮੇਰੇ ਦੇਖਦਿਆਂ ਦੇਖਦਿਆਂ ਕਾਫੀ ਕੰਪੀਟੀਸ਼ਨ 'ਚ ਹੋ ਗਿਆ ਬਹੁਤ ਨਵੇਂ ਚਿਹਰੇ ਨਵੇਂ ਸਿੰਗਰ ਆਏ ਹਨਾ ਪਰ ਮੈਨੂੰ ਹੌਲੀ ਹੌਲੀ ਮੈਂ ਹੁਣ ਅੱਗੇ ਸਟੈਪ ਬਾਏ ਸਟੈਪ ਅੱਗੇ ਜਾ ਰਿਹਾ ਠੀਕ ਹੈ ਔਰ ਪਰ ਕਦੇ ਕਦੇ ਸੋਚੀਦਾ ਵੀ ਹੈ ਵੀ ਇਕੱਲੀ ਡਿਗਰੀ ਵੀ ਕੀ ਕਰਦੀ ਹੈ ਪਰ ਨਾਲ ਇਹ ਵੀ ਹੁਣ ਟੀਵੀ 'ਤੇ ਆਉਣਾ ਵੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਨਾ ਉਹ ਵੀ ਜ਼ਰੂਰੀ ਹੈ ਬੈਨੀ ਬੈਨ ਜਦੋਂ ਤੁਸੀਂ ਆਪਣਾ ਪਰਫੋਰਮੈਂਸ ਕੀਤਾ ਜਾਂ ਤੇਰਾ ਗਾਣਾ ਪਹਿਲਾਂ ਆਇਆ ਐਂਡ ਯੂ ਸੋ ਇਟ ਔਨ ਟੀਵੀ ਯਾ ਐਂਡ ਹਾਊ ਡਿਡ ਯੂ ਬਿਕਾਜ਼ ਆਈ ਹੇਟ ਸੀਇੰਗ ਮਾਈਸੈਲਫ ਔਨ ਟੀਵੀ ਬਟ ਆਈ ਡੋਨਟ ਨੋ ਅਬਾਊਟ ਯੂ ਬਟ ਜੋ ਤੁਸੀਂ ਰਿਐਕਟ ਕੀਤਾ ਐਂਡ ਵੈਨ ਯੂ ਸੈਂਗ ਫਰਸਟ ਇਨ ਫਰੰਟ ਆਫ ਅ ਕਰਾਊਡ ਵਾਸ ਯੂਰ ਰਿਐਕਸ਼ਨ ਵਾਸ ਯੂ ਲਾਈਕ ਯਾ ਦਿਸ ਇਜ਼ ਫॉर ਮੀ ਔਰ ਡਿਡ ਯੂ ਲਾਈਕ ਹੋਲਡ ਔਨ ਮੈਂ ਅ ਬਿਟ ਨਰਵਸ ਪਹਿਲਾਂ ਤਾਂ ਕਿਹਾ ਸੋਚਿਆ ਵੀ ਵਾਟ ਐਮ ਆਈ ਡੂਇੰਗ ਹੇਅਰ ਮੀ ਬਟ ਯੂ ਗੈਟ ਯੂਜ਼ਡ ਟੂ ਇਟ ਆਈ ਮੀਨ ਡਿਪੈਂਡ ਜਿਵੇਂ ਅਲਾਕ ਸੇ ਸਪੋਰਟ ਬਹੁਤ ਮਿਲੀ ਪਬਲਿਕ ਤੋਂ ਆਈ ਮੀਨ ਜਿੱਥੇ ਸ਼ੋਅ ਪਹਿਲਾਂ ਕਿਤੇ ਬਰਮਿੰਗਮ ਇਕੱਠਿਆਂ ਨੂੰ ਕੀਤਾ ਐਂਡ ਵੀ ਹੈਡ ਅ ਗੁੱਡ ਰਿਐਕਸ਼ਨ ਯਾਰ ਦੋਸਤ ਬਾਕੀ ਬਹੁਤ ਆ ਗਏ ਆਈ ਥਿੰਕ ਆਈ ਰਿਮੈਂਬਰ ਯਾ ਉਹ ਜਿੱਤੀ ਵੀ ਆ ਸੀ ਦੱਸ ਹਾਂ ਇਹ ਸਪੋਰਟ ਮੈਂ ਸੋ ਮਚ ਸਪੋਰਟ ਫਰਮ ਪੀਪਲ ਲਾਈਕ ਜਿਵੇਂ ਜਿੱਤੀ ਗੁੰਦਰ ਕਬੱਡੀ ਪਲੇਅਰ ਵਧੀਆ ਰਿਹਾ ਮਾਈ ਬ੍ਰਦਰਸ ਯਾਰ ਦੋਸਤ ਹੋਰ ਉਹਨਾਂ ਨਾਲ ਹੌਸਲਾ ਹੋ ਜਾਂਦਾ So, but you were a bit nervous. Oh, nervous, yeah. But you've been in front of crowds before. You played kabaddi on a top level and all that, international. It's different. I mean, saying that, ਕਈ ਹੁਣ ਕਹਿੰਦੇ ਮੈਨੂੰ ਵੀ ਹੁਣ ਕੰਮ ਵਧੀਆ ਤੇਰਾ ਵਧੀਆ ਸੌਖਾ ਸੋ ਐਕਚੁਅਲੀ ਜ਼ੋਰ ਤਾਂ ਨਹੀਂ ਲੱਗਦਾ ਸਮਾਂ ਕਿ ਜ਼ਿਆਦਾ ਲੱਗਦਾ ਬਟ ਯਾ ਬਟ ਨਰਵਸ ਤਾਂ ਹੋ ਹੀ ਜਾਂਦਾ ਬੰਦਾ ਆਸਟ ਮੈਂ ਕਈ ਵਧੀਆ ਕਲਾਕਾਰਾਂ ਨੂੰ ਪੁੱਛੇ ਜਿਹੜੇ ਉਸਤਾਦ ਹੁੰਦੇ ਉਹਨੇ ਪੁੱਛੀਦਾ ਵੀ ਹਾਊ ਡੂ ਯੂ ਗਾਇਸ ਫੀਲ ਤੇ ਮੈਂ ਵਿਦ ਜੈਜ਼ ਧਾਮੀ ਉਹਦੇ ਨਾਲ ਮਹੀਨਾ ਕੁ ਪਹਿਲਾਂ ਇਕੱਠੇ ਬੈਠੇ ਸੀਗੇ ਮੈਂ ਪੁੱਛਿਆ ਮੈਂ ਕਿਹਾ ਯਾਰ ਵੀ ਤੂੰ ਵੀ ਨਰਵਸ ਹੁੰਦਾ ਕਹਿੰਦੀ ਕਿ ਮੈਂ ਹੀ ਇਕੱਲਾ ਠੀਕ ਹੈ ਸੁਣਾ ਆਸ ਟੂ ਗੈਟ ਸੋ ਇਟਸ ਇਨ ਐਵਰੀਵਨ ਇਟਸ ਇਨ ਐਵਰੀਵਨ ਹੋ ਜਾਂਦਾ ਮੈਂ ਦੱਸ ਐਂਡ ਵਾਟਸ ਯੂਰ ਰਿਐਕਸ਼ਨ ਯੂ ਗਾਟ ਆਫਟਰ ਯੂ ਦੇ 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 ਸੋ ਇਟ ਵਾਸ ਓਵਰਵਮ ਇਟਸ ਵੈਰੀ ਗੁੱਡ ਯਾ ਲਾ ਮੈਂ ਇੰਡੀਆ ਤੋਂ ਇੰਡੀਆ ਚ ਰਿਲੀਜ਼ ਹੋਇਆ ਸੀਗਾ ਬਹੁਤ ਵਧੀਆ ਉੱਥੇ ਤੇਰੇ ਪਿੰਡ ਵਾਲਿਆਂ ਨੇ ਫੋਨ ਕੀਤਾ ਨਾ ਪਿੰਡ ਵਾਲਿਆਂ ਦਾ ਆਇਆ ਫੋਨ ਬਾਕੀ ਆ ਪਿੰਡ ਦਾ ਨਾਲ ਹੀ ਲਿਆ ਬਟ ਯਾ ਨਾ ਇੰਡੀਆ ਚ ਵਧੀਆ ਸੀਗਾ ਵੈਰੀ ਗੁੱਡ ਲਾਕੀ ਉਹੀ ਗੱਲ ਆ ਮਰ ਕੇ ਵੀ ਬੀਨ ਲਾਕੀ ਅਮਨ ਨਾਲ ਉਹਦਾ ਬਹੁਤ ਫਰਕ ਪੈ ਜਾਂਦਾ ਐਂਡ ਵੀ ਕਾ ਔਨ ਸਟੇਜ ਮੇਟ ਦੈਟ ਵਨ ਦਾ ਕਿ ਅਮਨ ਕਰਕੇ ਜ਼ਿਆਦਾ ਸਾਡੀ ਪਛਾਣ ਹੋਈ ਆ ਦੇਵੀ ਇਹ ਦੱਸੋ ਕਿ ਇਸ ਮੁਲਕ ਵਿੱਚ ਕੰਪਟੀਸ਼ਨ ਕਿੰਨਾ ਟਫ ਆ ਇਸ ਚੀਜ਼ ਆਉਣ ਲਈ ਬਹੁਤ ਕੰਪਟੀਸ਼ਨ ਹੋ ਗਿਆ ਸੀ ਖੁਸ਼ੀ ਦੀ ਗੱਲ ਵੀ ਭੰਗੜਾ ਸਾਹਿਬ ਦਾ ਕਿਉਂਕਿ ਜਿਹੜੇ ਇੱਥੋਂ ਦੇ ਖਾਸ ਕਰਕੇ ਇੱਥੋਂ ਦੇ ਬੋਰਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਮਿਊਜ਼ਿਕ ਦਾ ਕਿਉਂਕਿ ਮਿਊਜ਼ਿਕ ਨਾਲ ਚਲੋ ਆਪਣਾ ਰੋਜੀ ਰੋਟੀ ਵੀ ਕਮਾ ਰਹੇ ਆ ਠੀਕ ਹੈ ਜੀ ਔਰ ਨਾਲੇ ਪੰਜਾਬੀ ਬੋਲੀ ਨਾਲ ਜੁੜੇ ਆ ਠੀਕ ਹੈ ਜੀ ਪੰਜਾਬੀ ਸਿੱਖ ਰਹੇ ਨੇ ਪੰਜਾਬੀ ਬੋਲ ਰਹੇ ਨੇ ਪੰਜਾਬੀ ਮਿਊਜ਼ਿਕ ਨੂੰ ਤਿਆਰ ਕਰ ਰਹੇ ਨੇ ਆਪਣੀ ਇਸ ਗੱਲ ਦੀ ਖੁਸ਼ੀ ਵੀ ਹੈ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਦੇਖੋ ਕਿ ਜੇ ਬੱਚਾ ਮਿਊਜ਼ਿਕ ਸੁਣਦਾ ਆਪਣਾ ਜਾਂ ਮਿਊਜ਼ਿਕ 'ਚ ਇੰਟਰਸਟ ਹੁੰਦਾ ਇੱਕ ਤਾਂ ਆਪਣੇ ਮਿਊਜ਼ਿਕ 'ਚ ਲੱਗਾ ਰਹਿੰਦਾ ਬੁਰੇ ਕੰਮਾਂ ਤੋਂ ਬਚਿਆ ਰਹਿੰਦਾ ਦੂਜਾ ਆਪਣੀ ਲੈਂਗੁਏਜ ਨਾਲ ਮਾੜਾ ਮੋਟਾ ਸਿੱਖੂਗਾ ਜਦੋਂ ਕੋਈ ਇੱਦਾਂ ਦਾ ਲਫ਼ਜ਼ ਮੋਹਰੇ ਆਊਗਾ ਆਪਣੀ ਮੰਮੀ ਡੈਡੀ ਨੂੰ ਪੁੱਛੂਗਾ ਕਿ ਮਧਾਨੀ ਦਾ ਮਤਲਬ ਕੀ ਹੈ ਚਰਖੇ ਦਾ ਮਤਲਬ ਕੀ ਹੈ ਜਾਂ ਇਹ ਚੀਜ਼ਾਂ ਦਾ ਮਤਲਬ ਕਿ ਜਿੱਦਾਂ ਤੁਸੀਂ ਸੱਤ ਦੱਸਿਆ ਕਿ ਹੁਣ ਅੱਧੇ ਨੂੰ ਪੁੱਛਣਾ ਮਾਂ ਸੱਤ ਕੀ ਹੁੰਦੇ ਡੇਢ ਸੱਤ ਮਤਲਬ ਹੈਲਪਸ ਜੀ ਹੈਲਪ ਬਹੁਤ ਹੈਲਪ ਹੁੰਦੀ ਹੈ ਆਪਣੀ ਪੰਜਾਬੀ ਕਮਿਊਨਿਟੀ ਦੀ ਪੰਜਾਬੀ ਬੋਲੀ ਦੀ ਬਹੁਤ ਹੈਲਪ ਹੋ ਰਹੀ ਹੈ ਵੈਸੇ ਤਾਂ ਉੱਦਾਂ ਆਪਾਂ ਕਹਿ ਦਿੰਦੇ ਹਾਂ ਵੀ ਹਰੇਕ ਸਿੰਗਰ ਕਹਿੰਦਾ ਮੈਂ ਪੰਜਾਬੀ ਮਾਂ ਬੋਲੀ ਸੇਵਾ ਕਰਦਾ ਪਰ ਮੈਂ ਸੋਚਦਾ ਪੰਜਾਬੀ ਮਾਂ ਬੋਲੀ ਆਪਣੀ ਸੇਵਾ ਕਰੀ ਹੈ ਜਿਹਦੇ ਕਰਕੇ ਆਪਾਂ ਰੋਟੀ ਖਾ ਰਹੇ ਹਾਂ ਕਿਉਂਕਿ ਬੋਲੀ ਤਾਂ ਬਹੁਤ ਜਲਦੀ ਬਣੀ ਹੈ ਆਪਾਂ ਤਾਂ ਹੋਣਾ ਹੈ ਜੇ ਮੈਂ ਕੱਲ੍ਹ ਨੂੰ ਕਹਾਂ ਪੰਜਾਬੀ ਮਾਂ ਬੋਲੀ ਸੇਵਾ ਕਰਦਾ ਮੈਂ ਤਾਂ ਕੱਲ੍ਹ ਜੰਮਿਆ ਬਿਲਕੁਲ ਬੋਲੀ ਤਾਂ ਬਹੁਤ ਪੁਰਾਣੀ ਹੈ ਆਪਣੇ ਬੋਲੀ ਨਾਲੇ ਤਾਂ ਕਿੰਨੇ ਚਿਰ ਤੋਂ ਮੁਕੰਮਲ ਹੋ ਗਈ ਕੰਪਲੀਟ ਹੈ ਬੋਲੀ ਸਗੋਂ ਬੋਲੀ ਸਾਡੀ ਸੇਵਾ ਕਰ ਰਹੀ ਹੈ ਸਾਨੂੰ ਰੋਟੀ ਦੇ ਰਹੀ ਹੈ ਸਾਡੀ ਪੰਜਾਬੀ ਮਾਂ ਬੋਲੀ ਨੂੰ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਵਧੀਆ ਕੰਪੀਟੀਸ਼ਨ ਹੋਣਾ ਵੀ ਚਾਹੀਦਾ ਕਿਉਂਕਿ ਜੇ ਚੰਗਾ ਚੰਗੇ ਦੀ ਕਦਰ ਤਾਂ ਆਪ ਪੈਂਦੀ ਜਿਹਦੇ ਨਾਲ ਮਾੜਾ ਠੀਕ ਹੈ ਬਿਲਕੁਲ ਮਾੜਾ ਹੋਣਾ ਜ਼ਰੂਰੀ ਹੈ ਫਿਰ ਹੀ ਗੱਲ ਕਹਿੰਦਾ ਇਹ ਯਾਰ ਅੱਡਾ ਇਹ ਚੰਗਾ ਕੰਪੀਟੀਸ਼ਨ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ ਜਿਹੜੇ ਬੰਦੇ ਸਿੱਖ ਕੇ ਆਉਣਗੇ ਮਿਹਨਤ ਕਰਨਗੇ ਉਹ ਕਾਮਯਾਬ ਹੋਣਗੇ ਠੀਕ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਕੰਪੀਟੀਸ਼ਨ ਹੋਣਾ ਚਾਹੀਦਾ ਠੀਕ ਹੈ ਜੀ ਜਿਹੜੇ ਜ਼ਮਾਨੇ 'ਚ ਹੈ ਇੰਪੋਰਟੈਂਟ ਇਜ਼ ਇਟ ਦੈਟ ਯੂ ਗੋਟ ਟੂ ਬੀ ਅ ਬਿਟ ਕਮਰਸ਼ੀਅਲ ਕਿ ਥੋੜ੍ਹੇ ਤੁਹਾਨੂੰ ਕਮਰਸ਼ੀਅਲ ਬਣਨਾ ਪੈਂਦਾ ਕਿ ਇੱਕ ਤਾਂ ਠੀਕ ਹੈ ਕਈ ਬੰਦੇ ਕਹਿੰਦੇ ਕਿ ਜੀ
ਵੀਡੀਓ 'ਚ ਆਹ ਚੀਜ਼ ਨਹੀਂ ਹੋਣੀ ਚਾਹੀਦੀ ਜਾਂ ਆਹ ਚੀਜ਼ ਨਹੀਂ ਹੋਣੀ ਚਾਹੀਦੀ ਜਾਂ ਕੁੜੀਆਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਇੱਦਾਂ ਦੇ ਬੋਲ ਨਹੀਂ ਹੋਣੇ ਚਾਹੀਦੇ ਪਰ ਕਿਸੇ ਹੱਦ ਤੱਕ ਮੇਰਾ ਖਿਆਲ ਹੈ ਇਸ ਆਡੀਅੰਸ ਡਿਮਾਂਡ ਹੈ ਆਡੀਅੰਸ ਦੀ ਡਿਮਾਂਡ ਹੈ ਉਹੀ ਸੀਨ ਹੀ ਘਸ ਗਈ ਵਿਚਾਰੇ ਜੇ ਚਾਰ ਲੋਕ ਕੰਪਲੇਨ ਕਰਦੇ ਆ ਤੇ 10 ਨੂੰ ਐਪਰੀਸ਼ੀਏਟ ਕਰਦੇ ਆ ਕਹਿੰਦੇ ਬਹੁਤ ਵਧੀਆ ਕਰਿਆ ਦੱਸੋ ਸਰ ਠੀਕ ਹੈ ਮੈਂ ਨੈਕਸਟ ਟਾਈਮ ਲਈ ਵੀ ਕਰੂੰਗਾ ਮਤਲਬ ਇੱਕ ਕਿਸਮ ਦਾ ਡਿਮਾਂਡ ਆ ਰਹੀ ਹੈ ਤਾਂ ਬੰਦਾ ਇਦਾਂ ਕੁਝ ਕਰ ਰਿਹਾ ਜੀ 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 ਡਿਮਾਂਡ ਹੈਗੀ ਸੀ ਡਿਮਾਂਡ ਹੈਗੀ ਹੈ ਜੀ ਜੇ ਮੈਂ ਤਾਂ ਉਹ ਹੀ ਤੁਹਾਨੂੰ ਕਹਿੰਦਾ ਵੀ ਜੇ ਲੋਕ ਇਗਨੋਰ ਕਰਨ ਨਾ ਪਸੰਦ ਕਰਨ ਮਾੜੀਆਂ ਚੀਜ਼ਾਂ ਨੂੰ ਤੇ ਮੈਂ ਨਹੀਂ ਚਾਹੁੰਦਾ ਵੀ ਐਡਾ ਕੋਈ ਮੂਰਖ ਬੰਦਾ ਹੋਊਗਾ ਉਹ ਵਾਰ ਵਾਰ ਉਹ ਵੀ ਗਲਤ ਸੇਮ ਗਲਤੀ ਕਰੂਗਾ ਹਨਾ ਜੀ ਪਰ ਲੋਕ ਐਪਰੀਸ਼ੀਏਟ ਵੀ ਕਰ ਰਹੇ ਨੇ ਠੀਕ ਹੈ ਨਾਲ ਬੈਨਿੰਗ ਹੈਡ ਜੋ ਮਾਮ ਐਂਡ ਡਾਇਰੈਕਟ ਜੋ ਤੁਸੀਂ ਦੱਸਿਆ ਕਿ ਮੈਂ ਹੁਣ ਆਹ ਕੰਮ ਕਰਨ ਲੱਗਾ ਰਿਐਕਸ਼ਨ ਜਿਹਦਾ ਕਹਿੰਦਾ ਨਹੀਂ ਯਾਰ ਕੌਣ ਆ ਦਿਨ ਸਿਰ ਹੋਰ ਕੋਈ ਆ ਡੈਡ ਕਿਹਾ ਕਿਵੇਂ ਲੱਗਾ ਕਹਿੰਦਾ ਠੀਕ ਮੈਂ ਫਿਰ ਤਾਂ ਮੈਂ ਹੀ ਆ ਅੱਜ ਵੀ ਸਲਾਹ ਹੋ ਫਰੈਂਡ ਮਾਰਿਆ ਮੁੰਡਾ ਖੇਡਦਾ ਕਬੱਡੀ ਜੱਸਾ ਉਹ ਵੀ ਵੇਖ ਕੇ ਮੈਨੂੰ ਕਹਿੰਦਾ ਹਾਲੇ ਵੀ ਕੀ ਨਹੀਂ ਆਉਂਦਾ ਜੱਸਾ ਖੈਰ ਆਇਆ ਉਹਦੇ ਮੈਂ ਲਿਆ ਸੋ ਆਈ ਥਿੰਕ ਇਟਸ ਮੋਰ ਸ਼ੌਕ ਆਈ ਮੀਨ ਇਟਸ ਟੋਟਲੀ ਡਿਫਰੈਂਟ ਫੀਲਡ ਕਿੱਥੇ ਹੁਣ ਜੈਲ ਲਾ ਕੇ ਬੈਠਣਾ ਪੈਂਦਾ ਕਿੱਥੋਂ ਦੇ ਕੱਚੇ ਚ ਕੰਮ ਦੇ ਫਲਾਨਾ ਆਇਆ ਸਟੇਜ ਤੇ ਜੈਜੀ ਆਇਆ ਸਟੇਜ ਤੇ ਅੱਧੇ ਘੰਟੇ ਚ ਗਾ ਗਿਆ ਯਾਰ 4.5 ਲੱਖ ਰੁਪਈਆ ਲੈ ਗਿਆ ਅਸ਼ਨ ਦੇ ਹੋਣੀ ਆਏ 20 ਮਿੰਟ 2 ਗਾਣੇ ਗਾਏ ਹਾਊ ਈਜ਼ੀ ਔਰ ਹਾਰਡ ਇਜ਼ ਇਟ ਟੂ ਪ੍ਰੀਪੇਅਰ ਫॉर ਅ ਸ਼ੋਅ ਟੂ ਬੀ ਓਨੈਸਟ ਵੈਨ ਆਈ ਸੀ ਥੀਸ ਗਾਇਜ਼ ਬਿਫੋਰ ਮੈਂ ਬਹੁਤ ਚਿਰਦਾ ਜਾਣਦਾ 10 ਸਾਲ ਹੋ ਗਏ ਪਲੱਸ ਐਂਡ ਆਈ ਵਾਸ ਅ ਬਿਗ ਫੈਨ ਆਫ ਜੈਜ਼ੀ ਸੋ ਤੋਂ ਬਹੁਤ ਸਾਲ ਪਹਿਲਾਂ ਤੇ ਆਈ ਵਾਚਡ ਮੈਂ ਹਰਜੀਤ ਦੇ ਵਿਆਹ ਤੇ ਵੀ ਦੇਖਿਆ ਐਂਡ ਮੈਂ ਸੋਚਣਾ ਯਾਰ ਇਹਦਾ ਕੰਮ ਬਹੁਤ ਵਧੀਆ ਯਾਰ ਲਾਈਫ but obviously ma man bhi bahut kehna tera kaam suit hai obviously nahi dhaje bhi gayi jane mar ke har do te yaar main music banan lag gaya tu akeli kar la hun do ke done a couple of shows now pata lagda hun kai wari be on stage na 2 o'clock at night te phir 2-3 ghante lagde jaan nu aun nu and it's hard work very hard you have to plan before a show ke ma this is what I'm going to say when I dance karna dance us bhi sikhna hi penda hona it must be similar to like sports in a way yeah that would be going to ਉਹ ਗਾਣਾ ਸਲੋ ਚੱਲਦਾ ਹੋਵੇ ਤੂੰ ਇੱਦਾਂ ਭੰਗੜੇ ਮਾਰੀ ਅਫਸੋਸ ਵਾਲਾ ਗਾਣਾ ਹੋਵੇ ਕਿ ਮੇਰਾ ਛੱਡ ਕੇ ਚੱਲ ਗਿਆ ਰਾਂਝਾ ਤੂੰ ਉੱਥੇ ਜਾ ਕੇ ਭੰਗੜੇ ਪਾਈ ਨਹੀਂ ਇਵੇਂ ਤਾਂ ਕਰਦੇ ਆ ਅਕਸਰ ਵੀ ਡੂ ਬੈਂਡ ਪ੍ਰੈਕਟਿਸ ਮੁੜ ਕੇ ਕਈ ਵਾਰੀ ਪਹਿਲਾਂ ਆਪਾਂ ਕਰ ਰਹੇ ਸੀ ਗੱਲ ਵੀ ਵੀ ਗੈਟ ਟੂਗੈਦਰ ਫਸਟ ਵੀ ਆਪਾਂ ਹੁਣ ਸ਼ੋਅ ਲਾਉਣਾ ਵੀ ਬੈਂਡ ਪ੍ਰੈਕਟਿਸ ਕਰੀਏ ਜਾਂ ਕਿਉਂਕਿ ਲਾਈਵ ਗੈਟ ਤੁਹਾਨੂੰ ਪਤਾ ਹਾਂ ਲਾਈਵ ਲਾਈਵ ਗਾਉਂਸ ਤੇ ਪੀਐਚ ਗਾਉਂਸ ਕਿੰਨਾ ਫਰਕ ਹੈ ਕਿਉਂਕਿ ਜਿਸ ਮੇਰੇ ਮੁਤਾਬਕ ਮੈਂ ਭੰਗੜਾ ਸਾਹਿਬ ਜਦੋਂ ਸ਼ੁਰੂ ਕੀਤਾ ਆਪਾਂ ਗਾਉਣਾ ਇੰਡੀਆ ਤੋਂ ਸਿੱਖਣਾ ਆਪਾਂ ਲਾਈਵ ਹੀ ਸ਼ੁਰੂ ਕੀਤਾ ਮੈਨੂੰ ਤਾਂ ਪੀਏ ਨਾਲ ਠੀਕ ਹੈ ਕਰਨਾ ਪੈਂਦਾ ਇਹ ਨਹੀਂ ਕਹਿੰਦਾ ਮੈਂ ਜਿਹੜੇ ਬੰਦੇ ਪੀਏ ਕਰਦੇ ਮਾੜੀ ਗੱਲ ਹੈ ਬਹੁਤ ਵਧੀਆ ਗੱਲ ਸੰਗੀਤ ਕਦੇ ਮਾੜਾ ਨਹੀਂ ਹੁੰਦਾ ਸੰਗੀਤ ਹਮੇਸ਼ਾ ਲੋਕਾਂ ਨੂੰ ਜੋੜਦਾ ਉਹ ਤੋੜਦਾ ਨਹੀਂ ਕਿਸੇ ਨੂੰ ਹਮੇਸ਼ਾ ਜੋੜਦਾ ਸੰਗੀਤ ਕੋਈ ਮੇਰੇ ਭਰਾ ਪੀਏ ਕਰਦੇ ਆ ਬਹੁਤ ਚੰਗੀ ਗੱਲ ਹੈ ਇਹ ਨਹੀਂ ਕਹਿੰਦੇ ਪਰ ਜੋ ਮੇਰਾ ਆਪਣਾ ਪਰਸਨਲ ਵਿਊ ਹੈ ਮੈਂ ਤਾਂ ਲਾਈਵ ਹੀ ਪਸੰਦ ਕਰਦਾ ਕਿਉਂਕਿ ਜਦੋਂ ਆਪਾਂ ਲਾਈਵ ਬਣ ਬਹੁਤ ਕੰਫਰਟੇਬਲ ਗਾਈਦਾ ਠੀਕ ਹੈ ਰੂਹ ਨੂੰ ਸਕੂਨ ਮਿਲਦਾ ਕਈ ਵਾਰੀ ਗੀਤ ਦੇ ਮੂਹਰੇ ਜੇ ਤੁਸੀਂ ਦੇਖਣਾ ਪਹਿਲਾਂ ਜਦੋਂ ਆਪਣੇ ਚਮਕੀਲਾ ਸਾਹਿਬ ਮਾਮਾ ਮਸਤੀਕ ਸਾਹਿਬ ਮਾਨ ਸਾਹਿਬ ਗਾਉਂਦੇ ਸੀ ਉਦੋਂ ਭੰਗੜਾ ਸਾਹਿਬ ਵੀਡੀਓ ਨਹੀਂ ਹੁੰਦੀ ਸੀ ਗੀਤ ਦੀ ਸਟੋਰੀ ਉਹ ਪਹਿਲਾਂ ਦੱਸਦੇ ਸੀ ਲੋਕਾਂ ਨੂੰ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਵੀ ਇਹ ਜੀਜੇ ਸਾਹਿਬ ਆਹ ਗੱਲ ਹੋਈ ਆ ਆਹ ਦਿਓਰ ਇੱਦਾਂ ਹੀ ਜਿਹੜਾ ਲਾਈਵ ਸੰਗੀਤ ਹੈ ਹੁਣ ਆਪਾਂ ਕੋਈ ਗੀਤ ਗਾਈਦਾ ਫਸਟ ਕੋਲ ਆਪਾਂ ਆਸ਼ਕੀਮ ਸ਼ੁਕੀ ਦਾ ਗਾਉਣਾ ਆਪਾਂ ਮੂਰੀ ਸ਼ੇਅਰ ਲਾਉਣਾ ਉਹਦੇ 'ਚ ਦੱਸ ਦੇਣਾ ਵੀ ਗੀਤ ਮੈਂ ਇਹਦਾ ਗੀਤ ਮੇਰਾ ਥੀਮ ਕੀ ਹੈ ਮੈਂ ਕੀ ਕਹਿਣਾ ਚਾਹੁੰਦਾ ਉਹ ਪਰ ਬੜਾ ਸਕੂਨ ਮਿਲਦਾ ਜਦੋਂ ਆਪਾਂ ਸੀਡੀ ਤੇ ਹੁੰਦੇ ਆ ਫਿਰ ਸੀਡੀ ਤੇ ਆਪਾਂ ਜਾਏ ਸੀਡੀ ਲੱਗੀ ਚਲੋ ਨਾਲ ਮੂੰਹ ਲਾਇਆ ਟੱਪੂ ਮੂੰਹ ਹਲਾਈ ਜਾਂਦੇ ਚਲੇ ਉਹ ਡਿਫਰੈਂਟ ਗੱਲ ਹੈ ਮੈਂ ਨਹੀਂ ਕਹਿੰਦਾ ਮਾੜਾ ਨਹੀਂ ਪਰ ਜਾਨੀ ਜਿਵੇਂ ਸਮੇਂ ਦੀ ਡਿਮਾਂਡ ਨਾਲ ਹਾਂਜੀ ਹਾਂਜੀ ਤਾਂ ਉਹ ਹੀ
ਤੋਂ ਫਿਰ ਆਪਣੇ ਦੀ ਬੜੀ ਕਿਰਪਾ ਹੋਈ ਬਾਈ ਅਮਨਹੀਰ ਸਾਹਿਬ ਉਹਨਾਂ ਦਾ ਆਪਣਾ ਲਾਈਵ ਬੈਂਡ ਹੈ ਬਾਈ ਬੈਨੀ ਬਾਈ ਅੰਗਰੇਜ਼ ਅਲੀ ਸਾਹਿਬ ਸੁੰਦਰ ਆਸ਼ੀਰਵਾਦ ਮਿਲਦਾ ਉਹਨਾਂ ਨਾਲ ਪ੍ਰੈਕਟਿਸ ਕਰਦੇ ਹਾਂ ਠੀਕ ਹੈ ਜੀ ਅਤੇ ਬੜਾ ਵਧੀਆ ਲੱਗਦਾ ਜਦੋਂ ਇੱਥੇ ਲਾਈਵ ਕਰੀਦਾ ਬਾਈ ਨਾਲ ਜਾਣੀ ਮੋਸਟਲੀ ਜਾਣੀ ਕਾਫੀ ਹੁਣ ਆਪਾਂ ਲਾਈਵ ਵਾਲੇ ਧਿਆਨ ਦੇਣੀ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਲਾਈਵ ਸ਼ੋਅ ਕਰੀਏ ਵਧੀਆ ਨਾ ਤੁਹਾਨੂੰ ਹੁਣ ਅਸੀਂ ਦੋਨਾਂ ਤੋਂ ਲਾਈਵ ਸੁਣਾਂਗੇ ਜ਼ਰੂਰ ਪਰ ਉਸ ਤੋਂ ਪਹਿਲਾਂ ਅਸੀਂ ਬ੍ਰੇਕ ਕਰ ਲਈਏ ਜ਼ਰੂਰ ਅਤੇ ਖੁਦ ਲਾਈਵ ਹੋ ਜਾਈਏ ਅਤੇ ਮਿਲਦੇ ਇਹਨਾਂ ਨਾਲ ਗੱਲਬਾਤ ਕਰਦੇ ਅਸੀਂ ਬ੍ਰੇਕ ਤੋਂ ਬਾਅਦ ਮੈਂ ਤੁਹਾਡਾ ਹਰਜਾਬ ਅਤੇ ਹਰੇਕ ਮੰਡੇ 7 ਵਜੇ ਤੁਸੀਂ ਅਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਅਤੇ ਜੋ ਅੱਜ ਕੱਲ੍ਹ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ